ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਸ਼ਰਨ ਕੌਰ 8ਵੀਂ ਦੀ ਵਿਦਿਆਰਥੀ ਤੁਹਾਨੂੰ ਅੱਜ ਭਾਈ ਮੱਖਣ ਸ਼ਾਹ ਲੁਬਾਣਾ ਜੀ ਦੀ ਸਾਖੀ ਸੁਣਾਉਣ ਜਾ ਰਹੀ ਹਾਂ। ਭਾਈ ਮੱਖਣ ਸ਼ਾਹ ਲੁਬਾਣਾ ਜੀ ਇੱਕ ਬਹੁਤ ਸੱਚੇ ਗੁਰੂ ਦੇ ਸਿੱਖ ਸਨ। ਉਹਨਾਂ ਦਾ ਪਰਿਵਾਰ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਵਿਸ਼ਵਾਸ ਕਰਦਾ ਸੀਗਾ। ਇੱਕ ਵਾਰੀ ਉਹ ਆਪਣੇ ਵਪਾਰ ਦਾ ਕੰਮ ਕਰਨ ਲਈ ਸਮੁੰਦਰੀ ਜਹਾਜ਼ ਵਿੱਚ ਜਾ ਰਹੇ ਸਨ ਅਤੇ ਰਾਸਤੇ ਵਿੱਚ ਬਹੁਤ ਹੀ ਤੇਜ਼ ਤੂਫਾਨ ਆ ਗਿਆ ਅਤੇ ਉਹਨਾਂ ਨੂੰ ਵੀ ਉਹਨਾਂ ਦੇ ਸਮਾਨ ਨੂੰ ਵਾਹ ਕੇ ਲੈ ਗਿਆ। ਇੱਕ ਬਹੁਤ ਹੀ ਵੱਡੀ ਲਹਿਰ ਆਈ ਅਤੇ ਉਹਨਾਂ ਨੂੰ ਵੀ ਵਾਹ ਕੇ ਲੈ ਗਿਆ। ਉਹਨਾਂ ਦੇ ਹੇਠਾਂ ਉਹਨਾਂ ਦੀ ਦਸਤਾਰ ਆ ਗਈ ਅਤੇ ਦਸਤਾਰ ਨੂੰ ਉਹਨਾਂ ਨੇ ਲੱਕ ਨਾਲ ਪਾ ਕੇ ਆਪਣੇ ਆਪ ਨੂੰ ਜਹਾਜ਼ ਨਾਲ ਬੰਨ੍ਹ ਲਿਆ। ਫਿਰ ਉਹਨਾਂ ਨੇ ਜਹਾਜ਼ ਨਾਲ ਆਪਣੇ ਆਪ ਨੂੰ ਬੰਨ੍ਹ ਲਿਆ ਅਤੇ ਮਲਾ ਨੇ ਕਿਹਾ ਕਿ ਹੁਣ ਸਾਡੀ ਜਹਾਜ਼ ਡੁੱਬਣ ਜਾ ਰਿਹਾ ਹੈ, ਪਰ ਭਾਈ ਸਾਹਿਬ ਫਿਰ ਵੀ ਨਾ ਡੋਲੇ ਅਤੇ ਉਹ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕਰਨ ਲੱਗ ਪਏ। ਹੇ ਅਕਾਲ ਪੁਰਖ, ਜੇ ਤੁਸੀਂ ਮੈਨੂੰ ਇਸ ਦੁਵਿਧਾ ਵਿੱਚੋਂ ਕੱਢ ਲਿਆ ਅਤੇ ਮੈਨੂੰ ਹੋਰ ਸਵਾਸ ਬਖਸ਼ੇ ਤਾਂ ਮੈਂ ਜਾਂਦੇ ਸਾਰ ਹੀ ਸਭ ਤੋਂ ਪਹਿਲਾਂ ਮੈਂ ਗੁਰੂ ਘਰ ਜਾ ਕੇ 500 ਮੋਹਰਾਂ ਅਰਪਿਤ ਕਰਾਂਗਾ। ਫਿਰ ਹੌਲੀ ਹੌਲੀ ਤੂਫਾਨ ਦਾ ਰੁੱਖ ਬਦਲ ਗਿਆ ਅਤੇ ਤੂਫਾਨ ਸ਼ਾਂਤ ਹੋ ਗਿਆ। ਫਿਰ ਉਹਨਾਂ ਦਾ ਜਹਾਜ਼ ਹੌਲੀ ਹੌਲੀ ਕੰਢੇ ਤੱਕ ਪਹੁੰਚ ਗਿਆ ਅਤੇ ਜਦੋਂ ਹੀ ਉਹ ਦਿੱਲੀ ਪਹੁੰਚਦੇ ਹਨ ਤਾਂ ਉਹਨਾਂ ਨੂੰ ਖਬਰ ਲੱਗਦੀ ਹੈ ਕਿ ਸ਼੍ਰੀ ਹਰਿਕ੍ਰਿਸ਼ਨ ਜੀ ਦੇਹ ਤਿਆਗ ਗਏ ਹਨ, ਜੋਤੀ ਜੋਤ ਸਮਾ ਗਏ ਹਨ। ਉਹ ਚੇਚਕ ਦੀ ਬਿਮਾਰੀ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੇ ਸਨ ਅਤੇ ਨਿਸ਼ਾਵਰ ਹੋ ਗਏ। ਉਹਨਾਂ ਨੇ ਜਾਂਦੇ ਜਾਂਦੇ ਮਾਤਾ ਸੁਲੱਖਣੀ ਜੀ ਨੂੰ ਬੁਲਾਇਆ ਅਤੇ ਕਿਹਾ ਕਿ ਮੈਂ ਹੁਣ ਦੇਹ ਤਿਆਗ ਰਿਹਾ ਹਾਂ। ਗੁਰੂ ਕੀ ਸੰਗਤਾਂ ਨੇ ਕਿਹਾ ਹੁਣ ਸਾਨੂੰ ਗੁਰੂ ਨਾਨਕ ਦੀ ਜੋਤ ਕਿੱਥੇ ਦਰਸ਼ਨ ਕਰਨ ਨੂੰ ਮਿਲੇਗੀ। ਉਹਨਾਂ ਨੇ ਦੋ ਸ਼ਬਦ ਉਚਾਰੇ, ਬਾਬਾ ਬਕਾਲੇ। ਫਿਰ ਭਾਈ ਮੱਖਣ ਸ਼ਾਹ ਜੀ ਦਿੱਲੀ ਤੋਂ ਬਾਬਾ ਬਕਾਲੇ ਗਏ। ਉੱਥੇ 22 ਤਰ੍ਹਾਂ ਦੇ ਵੱਖ ਵੱਖ ਉਹ ਸੀਗੇ ਗੁਰੂ ਦੀਆਂ ਜੋਤਾਂ, ਆਪਣੇ ਆਪ ਨੂੰ ਆਖਣ ਵਾਲੇ ਲੋਕ। ਅਤੇ ਉਹਨਾਂ ਨੇ ਫਿਰ ਵਚਨ ਲਿਆ ਕਿ ਜਿਹੜੇ ਗੁਰੂ 5-5 ਮੋਹਰਾਂ 'ਚ ਖੂਬ ਪ੍ਰਸੰਨ ਹੋ ਜਾਣਗੇ ਉਹ ਨਕਲੀ ਗੁਰੂ ਹੋਣਗੇ, ਅਤੇ ਜਿਹੜੇ ਉਹਨੂੰ ਪਿੱਛੋਂ ਹਾਕ ਮਾਰਨਗੇ ਕਿ ਤੂੰ ਆਪਣਾ ਵਚਨ ਤਾਂ ਪੂਰਾ ਕਰ ਜਾ, ਉਹ ਅਸਲੀ ਗੁਰੂ ਹੋਣਗੇ। ਇੱਦਾਂ ਹੀ ਕੁਝ ਹੁੰਦਾ, ਸਾਰੇ ਗੁਰੂ ਨਕਲੀ ਨਿਕਲਦੇ ਹਨ ਅਤੇ ਉਹਨਾਂ ਨੂੰ ਆਸੇ ਪਾਸੇ ਪਤਾ ਲੱਗਦਾ ਹੈ ਇੱਕ ਹੋਰ ਭਗਤੀ ਕਰਦੀ ਪਈ ਜੋਤ ਹੈਗੀ ਹੈ, ਤਾਂ ਉੱਥੇ ਜਾ ਪੁੱਜਦੇ ਹੈ। ਸਾਹਮਣੇ ਉਹਨਾਂ ਨੂੰ ਮਾਤਾ ਗੁਜਰੀ ਜੀ ਦਿਖਦੇ ਹੈ, ਤਾਂ ਮਾਤਾ ਗੁਜਰੀ ਜੀ ਵੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਰੁੱਝੇ ਹੋਏ ਸੀ। ਗੁਰੂ ਤੇਗ ਬਹਾਦਰ ਜੀ ਭੌਰਾ ਸਾਹਿਬ ਵਿੱਚ ਆਪਣੀ ਭਗਤੀ ਕਰ ਰਹੇ ਸਨ, ਤਾਂ ਭਾਈ ਲੱਖਣ ਸ਼ਾਹ ਲੁਬਾਣਾ ਜੀ ਉੱਥੇ ਜਾ ਪੁੱਜੇ ਅਤੇ ਉਹਨਾਂ ਨੇ ਉੱਥੇ ਵੀ 5 ਮੋਹਰਾਂ ਰੱਖ ਦਿੱਤੀਆਂ। ਫਿਰ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਜੇ ਤੁਹਾਡੇ 'ਤੇ ਔਖੀ ਘੜੀ ਆਈ ਸੀ, ਤੁਸੀਂ 500 ਮੋਹਰਾਂ ਦਾ ਵਚਨ ਕੀਤਾ ਸੀ, ਤੁਸੀਂ ਤਾਂ ਸਿਰਫ 5 ਰੱਖ ਰਹੇ ਹੋ। ਤਾਂ ਫਿਰ ਉਹਨਾਂ ਨੇ ਕਿਹਾ ਕਿ ਜੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜਿਹੜੇ ਸੱਚੇ ਗੁਰੂ ਦੇ ਸਿੱਖ ਹੁੰਦੇ ਹੈ ਉਹ ਆਪਣਾ ਵਚਨ ਪੂਰਾ ਕਰਦੇ ਹਨ। ਗੱਲਾਂ ਸੁਣਦੇ ਹੀ ਸੁਣਦੇ ਭਾਈ ਮੱਖਣ ਸ਼ਾਹ ਜੀ ਦਾ ਧਿਆਨ ਉਹਨਾਂ ਮੋਢਿਆਂ 'ਤੇ ਗਿਆ ਅਤੇ ਉਹਨਾਂ ਦੇ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਭੱਜ ਕੇ ਛੱਤ ਉੱਤੇ ਗਏ ਅਤੇ ਕਹਿਣ ਲੱਗ ਗਏ, ਗੁਰਲਾ ਦੂਰੇ ਗੁਰਲਾ ਦੂਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।